ਆਪਾਂ ਇਹਦੇ ਲਈ ਸ਼ਬਦ ਨਾਲ ਜਿਹੜਾ ਛਾਪੇਮਾਰੀ ਨਾ ਯੂਜ ਕਰੀਏ। ਇਹ ਸਾਡੀ ਰੂਟੀਨ ਇੰਸਪੈਕਸ਼ਨ ਹੁੰਦੀ ਹੈ PCPND ਐਕਟ ਦੇ ਅਧੀਨ, ਜਿਹੜੀ ਕਿ ਅਸੀਂ ਸਮੇਂ ਸਮੇਂ 'ਤੇ ਕਰਦੇ ਰਹਿੰਦੇ ਹਾਂ। ਉਹਦੇ 'ਚ ਅਸੀਂ ਇਹ ਰੂਟੀਨ ਇੰਸਪੈਕਸ਼ਨ ਕੀਤੀ ਸੀ। ਅਸੀਂ ਕੁਛ ਟੀਮਾਂ ਬਣਾਈਆਂ ਸੀਗੀਆਂ, ਉਹਦੇ ਵਿੱਚ ਮਤਲਬ ਕਿ ਅਸੀਂ ਮਾਛੀਵਾੜਾ, ਸਮਰਾਲਾ, ਜਗਰਾਉਂ, ਰਾਏਕੋਟ ਵਗੈਰਾ ਕੀਤੀ, ਅਤੇ ਉਹਦੇ 'ਚ ਸਾਨੂੰ 5-6 ਸੈਂਟਰਾਂ 'ਤੇ ਕੁਛ ਡੈਫੀਸ਼ੈਂਸੀ ਲੱਗੀਆਂ ਜਿਹਦੀ ਦੀ ਇੰਪਲੀਮੈਂਟੇਸ਼ਨ ਹੁੰਦੀ ਹੈ PCPND ਐਕਟ ਦੀ। ਤਾਂ ਉਹਨਾਂ ਦੇ ਵਿੱਚੋਂ 3 ਸੈਂਟਰਾਂ ਨੂੰ ਅਸੀਂ ਉਹਨਾਂ ਦੀ ਜਿਹੜੀ ਲਾਇਸੈਂਸ ਕਹਿ ਲਓ, ਜਿਹੜੀ ਉਹਨਾਂ ਦੀ ਆਥੋਰਾਈਜੇਸ਼ਨ ਹੈ, ਉਹ ਟੈਂਪਰੇਰੀ ਸਸਪੈਂਡ ਕੀਤੀ ਹੈ। ਉਹਨਾਂ ਤੋਂ ਜਵਾਬ ਮੰਗਿਆ ਅਤੇ 2 ਸੈਂਟਰਾਂ ਨੂੰ ਅਸੀਂ ਸ਼ੋਅ ਕਾਜ ਨੋਟਿਸ ਦਿੱਤਾ। ਉਹ ਮਤਲਬ ਕਿ ਜਿਹੜਾ PCPND ਐਕਟ ਦੇ ਧਾਰਾਵਾਂ ਨੇ, ਵੱਖਰੇ ਵੱਖਰੇ ਪ੍ਰੋਵੀਜ਼ਨ ਨੇ ਉਹਨਾਂ ਦੇ ਵਿੱਚ ਸੀ। ਜਿਵੇਂ ਇੱਕ ਡਾਕਟਰ ਸਾਹਿਬ ਸੀਗੇ, ਉਹ ਵਿਦੇਸ਼ ਗਏ ਹੋਏ ਸੀਗੇ। ਕੋਈ ਵੀ ਡਾਕਟਰ ਜਦੋਂ ਬਾਹਰ ਜਾਂਦਾ ਤਾਂ ਉਹਨੂੰ ਮਤਲਬ ਕਿ ਐਪਰੋਪਰੀਏਟ ਅਥਾਰਟੀ ਹੈ ਜਿਹੜੀ ਜ਼ਿਲ੍ਹੇ ਦੀ, ਉਹਨੂੰ ਦੱਸਣਾ ਹੁੰਦਾ, ਉਹਨੂੰ ਰੈਟਰ ਭੇਜਣਾ ਹੁੰਦਾ, ਅਤੇ ਉਹ ਮਸ਼ੀਨ ਸੀਲ ਕਰਨੀ ਹੁੰਦੀ ਹੈ ਤਾਂ ਕਿ ਉਹ ਮਿਸਯੂਜ਼ ਨਾ ਹੋ ਸਕੇ, ਬਾਅਦ 'ਚ ਕੋਈ ਉਹਨੂੰ ਮਿਸਯੂਜ਼ ਨਾ ਕਰ ਲਏ। ਜਿਹੜੀ ਅਲਟਰਾਸਾਊਂਡ ਮਸ਼ੀਨ ਹੈ ਉਹ ਵੀ ਸਾਡੇ ਕੋਲ ਰਜਿਸਟਰ ਹੁੰਦੀ ਹੈ, ਕਿਹੜੇ ਡਾਕਟਰ ਸਾਹਿਬ ਨੇ ਉਹ 'ਤੇ ਕਰਨਾ ਉਹ ਵੀ ਬਕਾਇਦਾ ਰਜਿਸਟਰ ਹੁੰਦਾ, ਰਿਕਾਰਡ 'ਤੇ ਹੁੰਦਾ। ਸਿਰਫ ਉਹੀ ਡਾਕਟਰ ਹੈ ਜਿਹੜਾ ਉਹਦੇ ਉਸ ਪਰਪਜ਼ ਲਈ ਉਸ ਮਸ਼ੀਨ ਨੂੰ ਵਰਤ ਸਕਦਾ, ਕੋਈ ਹੋਰ ਵਿਅਕਤੀ ਚਾਹੇ ਜੇ ਵਰਤੂਗਾ ਤਾਂ ਉਹ ਅਨਆਥੋਰਾਈਜ਼ਡ ਹੈ, ਤਾਂ ਉਹ PCPND ਐਕਟ ਦੀ ਉਲੰਘਣਾ। ਅਤੇ ਇਸ ਤਰ੍ਹਾਂ ਹੀ ਜਿਵੇਂ ਇੱਕ ਅਸੀਂ ਹੋਰ ਸੈਂਟਰ ਜਿਹੜਾ ਸੀਲ ਕੀਤਾ, ਉਹਦੀ ਸਸਪੈਂਸ਼ਨ ਕੀਤੀ ਹੈ ਟੈਂਪਰੇਰੀਲੀ, ਉਹਦੇ 'ਚ ਕੀ ਉਹਨੇ ਦਿਲ ਦੀ ਜਿਹੜਾ ਇੱਕ ਟੈਸਟ ਹੁੰਦਾ ECOCARDIOGRAPHY, ਉਹਦੇ ਲਈ ਆਥੋਰਾਈਜੇਸ਼ਨ ਲਈ ਹੋਈ ਸੀ, ਪਰ ਉਸਨੇ ਮਤਲਬ ਕਿ ਵੀ ਬੱਚੇਦਾਨੀ ਦਾ ਜਿਹੜਾ ਹੈਗਾ ਅਲਟਰਾਸਾਊਂਡ ਉਹ ਵੀ ਕੀਤਾ ਹੋਇਆ ਸੀ। ਇੱਕ ਦੇ ਵਿੱਚ ਜਿਹੜਾ ਹੈ ਸੀ, ਜਿਹੜਾ ਪ੍ਰੈਗਨੈਂਟ ਲੇਡੀਜ਼ ਦਾ ਜਦੋਂ ਅਲਟਰਾਸਾਊਂਡ ਕਰਦੇ, ਉਹ F-ਫਾਰਮ ਹੁੰਦਾ, F-ਫਾਰਮ ਦੇ ਵਿੱਚ ਉਸ ਜਿਹੜੀ ਗਰਭਵਤੀ ਔਰਤ ਹੁੰਦੀ ਹੈ ਉਹਦਾ ਸਾਰੀ ਭਰਿਆ ਹੁੰਦਾ, ਅਤੇ ਬਕਾਇਦਾ ਉਹਦੇ ਉਹ ਜਿਹੜਾ ਕੰਸਰਨ ਡਾਕਟਰ ਹੈ ਉਹਦੇ ਸਾਈਨ ਹੋਣੇ ਹੁੰਦੇ ਆ, ਤਾਂ ਕਿ ਉਹ ਵੈਰੀਫਾਈ ਕਰ ਸਕੇ ਵੀ ਹਾਂ ਮੈਂ ਇਹਦੀ ਇਨਫੋਰਮੇਸ਼ਨ ਇੱਥੇ ਭਰੀ ਹੈ, ਅਤੇ ਹੀ ਔਰ ਸ਼ੀ ਇਜ਼ ਰਿਸਪੋਂਸੀਬਲ। ਉਹਦੇ ਮਤਲਬ ਕਿ ਜਿਹੜੇ F-ਫਾਰਮ ਸੀ ਉਹ ਅਧੂਰੇ ਸੀਗੇ, ਜਿਹੜੀ ਕਿ ਇੱਕ ਵਾਇਲੇਸ਼ਨ ਹੈ, ਇਸ ਕਰਕੇ ਅਸੀਂ ਸਸਪੈਂਡ ਕੀਤਾ, ਉਹਨਾਂ ਨੂੰ ਨੋਟਿਸ ਦਿੱਤਾ। ਨਹੀਂ ਚੈੱਕ ਕੋਈ ਨਹੀਂ, ਐਸ ਸੱਚ ਸਾਨੂੰ ਕੋਈ ਇਸ ਤਰ੍ਹਾਂ ਦੀ ਰੈਗੂਲੇਟਰੀ ਨਹੀਂ ਮਿਲੀ, ਪਰ ਉਹ ਐਕਟ ਇਹ ਕਹਿੰਦਾ ਕਿ ਮਤਲਬ ਕਿ ਜੇ ਕੋਈ ਜਿਹੜਾ ਕਿ ਰੇਡੀਓਲੋਜਿਸਟ ਹੈ, ਸੋਨੋਲੋਜਿਸਟ ਹੈ, ਜਾਂ ਜਿਹੜਾ ਵੀ ਡਾਕਟਰ ਰਜਿਸਟਰ ਹੈਗਾ, ਜੇ ਉਹ ਕਿਤੇ ਬਾਹਰ ਜਾਂਦਾ ਤਾਂ ਉਹਨੂੰ ਬਕਾਇਦਾ ਸਾਨੂੰ ਮਤਲਬ ਕਿ ਇਨਫੋਰਮ ਕਰਕੇ ਉਹ ਮਸ਼ੀਨ ਸੀਲ ਕਰਾਉਣੀ ਹੁੰਦੀ ਹੈਗੀ, ਤਾਂ ਕਿ ਉਹ ਬਾਅਦ 'ਚ ਹੋ ਰਹੇ। ਪਰ ਐਸ ਸੱਚ ਸਾਨੂੰ ਕੋਈ ਨਹੀਂ ਮਿਲਿਆ ਵੀ ਉੱਥੇ ਕੋਈ ਬੰਦਾ ਜੇ ਉਹ ਅਨਆਥੋਰਾਈਜ਼ ਬੰਦਾ ਸੀ ਜਿਹੜਾ ਉਹ ਕਰ ਰਿਹਾ ਸੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਦੋ ਸੈਂਟਰ ਨੇ, ਉਹਨਾਂ ਦੇ ਮੈਂ ਨਾਂ ਕਿਸੇ ਦੇ ਨਹੀਂ ਦੱਸੂਗਾ, ਕਿਉਂਕਿ ਹਰੇਕ ਦੀ ਆਪੋ ਆਪਣੀ ਪ੍ਰਾਈਵੇਸੀ ਹੁੰਦੀ ਹੈ, ਇੱਕ ਪ੍ਰੋਫੈਸ਼ਨਲ ਸੀਕ੍ਰੇਸੀ ਵੀ ਹੁੰਦੀ ਹੈ, ਅਤੇ ਅਸੀਂ 2 ਸੈਂਟਰਾਂ ਨੂੰ ਕੀਤਾ, ਪਲੀਜ਼ ਉਹਦੇ ਨਾਂ ਨਾ ਪੁੱਛੇ ਜਾਣ। ਉਹ ਜੋ ਵੀ ਐਕਟ ਦੇ ਹਿਸਾਬ ਨਾਲ ਅਸੀਂ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕਾਲ ਕਰਾਂਗੇ, ਐਡਵਾਈਜ਼ਰੀ ਕਮੇਟੀ ਦੇ ਵਿੱਚ ਜੋ ਵੀ ਮੈਂਬਰ ਸਾਨੂੰ ਡਾਇਰੈਕਸ਼ਨ ਦੇਣਗੇ, ਜੋ ਐਡਵਾਈਸ ਦੇਣਗੇ, ਉਹਦੇ ਅਕੋਰਡਿੰਗਲੀ ਕਾਨੂੰਨ ਤਾਂ ਕਰਵਾਈ। ਬਿਲਕੁਲ ਜਵਾਬ ਮੰਗੇਗਾ, ਸਾਰੇ ਸੈਂਟਰਾਂ ਨੂੰ ਜਵਾਬ ਮੰਗੇਗਾ। ਅਸੀਂ ਕਹਿੰਦਾ 3 ਦਿਨਾਂ ਦੇ ਵਿੱਚ ਕੀਤਾ ਗਿਆ, ਕਮੇਟੀ ਦੀ ਮੀਟਿੰਗ ਮੋਸਟ ਵਾਲੀ ਅਸੀਂ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ ਕਰ ਲਵਾਂਗੇ। ਕਾਹਦੇ ਵਾਸਤੇ? ਨਹੀਂ ਨਹੀਂ ਉਹ ਬਕਾਇਦਾ ਸਾਡੀ ਐਡਵਾਈਜ਼ਰੀ ਕਮੇਟੀ ਹੁੰਦੀ ਹੈ, ਉਹਦੇ 'ਚ ਡਾਕਟਰ ਹੁੰਦੇ ਨੇ, ਕੁਛ NGO ਦੇ ਮੈਂਬਰ ਹੁੰਦੇ ਨੇ, ਸਰਕਾਰੀ ਜਿਹੜੇ ਆਪਣੇ ਡਿਸਟ੍ਰਿਕਟ ਅਟੋਰਨੀ ਨੇ, ਉਹਨਾਂ ਦਾ ਵੀ ਉਹ ਆਪ ਜਾਂ ਉਹਨਾਂ ਦਾ ਨੁਮਾਇੰਦਾ ਹੁੰਦਾ ਬਕਾਇਦਾ, ਉਹ ਜਿਹੜੀ ਐਕਟ ਦੇ ਹਿਸਾਬ ਨਾਲ ਜਿਹੜੀ ਟੀਮ ਹੈ ਉਹ ਮੀਟਿੰਗ ਕਾਲ ਕਰਾਂਗੇ, ਉਹ ਜਿਹੜੀ ਵੀ ਐਜ ਪਰ ਲਾ, ਐਜ ਪਰ ਰੂਲ, ਜਿਹੜੀ ਵੀ ਬਣਦੀ ਕਾਰਵਾਈ ਉਹ ਇਹ ਕਰੇਗੀ।